ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਹਾਂ ਜੀ ਮੌਸਮ ਬਾਰੇ ਤਾਜ਼ਾ ਜਾਣਕਾਰੀ ਲੈ ਕੇ। ਕਿਵੇਂ ਦਾ ਰਹੇਗਾ ਮੌਸਮ ਅੱਜ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ ਅਤੇ ਰਾਜਸਥਾਨ ਵਗੈਰਾ ਸਟੇਟਾਂ ਦਾ? ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਤੀਜੇ ਹਿੱਸੇ ਦੇ ਵਿੱਚ ਲਗਭਗ ਜਿਹੜੀ ਹੈ ਬੱਦਲਵਾਈ, ਬਹੁਤ ਹੀ ਗੂੜੀ ਬੱਦਲਵਾਈ ਛਾਈ ਹੋਈ ਹੈ ਅਤੇ ਗਰਜ ਚਮਕ, ਅਤੇ ਇਸ ਤੋਂ ਇਲਾਵਾ ਜਿਹੜੀ ਹਵਾ ਹੈ ਉਹ ਇੱਕ ਲਖਤ ਜਿਹੜੀ ਬਹੁਤ ਹੀ ਘੱਟ ਗਤੀ ਨਾਲ ਜਿਹੜੀ ਚੱਲ ਰਹੀ ਹੈ, ਇੱਕ ਚੱਕਰਵਾਤ ਜਿਹਾ ਬਹੁਤ ਬਣਿਆ ਹੋਇਆ। ਅਤੇ ਜਿਹੜੇ ਪੰਜਾਬ ਦੇ ਭਾਗਾਂ ਵਿੱਚ ਦੁਪਹਿਰ ਦੇ ਨੇੜੇ ਤੇੜੇ ਜਿਹੜਾ ਉਹ ਮੀਂਹ ਦੀ ਜ਼ਬਰਦਸਤ ਸੰਭਾਵਨਾ, ਉਹਨਾਂ ਦੇ ਵਿੱਚ ਗੁਰਦਾਸਪੁਰ ਦੇ ਬਹੁਤੇ ਭਾਗ ਅਤੇ ਇਸ ਤੋਂ ਇਲਾਵਾ ਪਠਾਨਕੋਟ ਜ਼ਿਲ੍ਹੇ ਦਾ ਕਾਫੀ ਏਰੀਆ ਜਿਹੜਾ, ਹੁਸ਼ਿਆਰਪੁਰ ਅਤੇ ਇਸ ਦੇ ਨਾਲ ਨਾਲ ਜਲੰਧਰ ਜ਼ਿਲ੍ਹੇ ਦੇ ਕਾਫੀ ਭਾਗਾਂ ਦੇ ਵਿੱਚ ਜਿਹੜੇ ਮੀਂਹ ਪੈਣ ਦੀ ਸੰਭਾਵਨਾ, ਅਤੇ ਕੁਛ ਕੁ ਭਾਗਾਂ ਦੇ ਵਿੱਚ ਜਿਵੇਂ ਲੁਧਿਆਣੇ ਦੇ ਨੇੜੇ ਲੱਗਦੇ ਏਰੀਆ ਦੇ ਵਿੱਚ ਜਿਹੜੀ ਦੁਪਹਿਰ ਵੇਲੇ ਇੱਕ ਲਖਤ ਤੇਜ਼ ਹਵਾਵਾਂ ਜਿਹੜਾ ਚੱਲਣ ਦਾ ਖਦਸ਼ਾ, ਅਤੇ ਕਿਤੇ ਕਿਤੇ ਜਿਹੜੀ ਗੜੇਮਾਰੀ ਦੀ ਸੰਭਾਵਨਾ ਹੈ ਉਹ 10% ਜਤਾਈ ਜਾ ਰਹੀ ਹੈ। ਅਤੇ ਇਸ ਤੋਂ ਇਲਾਵਾ ਮੋਹਾਲੀ ਜਾਣੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਇਸ ਤੋਂ ਇਲਾਵਾ ਰੂਪਨਗਰ ਦਾ ਏਰੀਆ, ਪਟਿਆਲਾ ਜ਼ਿਲ੍ਹੇ ਦਾ ਜਿਹੜੇ ਬਹੁਤੇ ਭਾਗ ਨੇ ਜਿਵੇਂ ਸ਼੍ਰੀ ਫਤਿਹਗੜ੍ਹ ਸਾਹਿਬ, ਸਮਾਣਾ, ਅਤੇ ਇਸ ਤੋਂ ਇਲਾਵਾ ਜਿਹੜਾ ਸਮਾਣਾ ਦੇ ਨਾਲ ਲੱਗਦਾ ਚੀਕਾ ਵਗੈਰਾ ਦਾ ਏਰੀਆ ਜਿਹੜਾ ਹਰਿਆਣੇ ਦਾ, ਅਤੇ ਇਸ ਦੇ ਨਾਲ ਨਾਲ ਅੰਬਾਲਾ ਅਤੇ ਹਰਿਆਣੇ ਦਾ ਹੀ ਕਰਨਾਲ ਜਿਹੜਾ, ਇਹਨਾਂ ਭਾਗਾਂ ਦੇ ਵਿੱਚ ਜਿਹੜੀ ਇਹ ਮੀਂਹ ਪੈਣ ਦੀ ਸੰਭਾਵਨਾ। ਅਤੇ ਪੰਜਾਬ ਦੇ ਜਿਵੇਂ ਬਾਰਡਰ ਏਰੀਏ ਦੇ ਨਾਲ ਲੱਗਦਾ ਜਿਵੇਂ ਫਾਜ਼ਿਲਕਾ, ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹਾ, ਬਠਿੰਡਾ ਜ਼ਿਲ੍ਹਾ, ਮੋਗਾ, ਇਹਨਾਂ ਦੇ ਵਿੱਚ ਜਿਹੜੀ ਮੀਂਹ ਦੀ ਸੰਭਾਵਨਾ ਕੋਈ ਨਹੀਂ, ਟੁੱਟਵੀਂ ਬੱਦਲਵਾਈ ਵੇਖਣ ਨੂੰ ਮਿਲ ਸਕਦੀ ਹੈ ਜੋ ਹੁਣ ਤੱਕ ਦੀ ਜਾਣਕਾਰੀ ਹੈ। ਅਤੇ ਅੱਜ ਇਹ 14 ਮਾਰਚ ਦੀ ਆਪ ਜੀ ਨਾਲ ਜਾਣਕਾਰੀ ਸਾਂਝੀ ਕਰ ਰਿਹਾ। ਅਤੇ ਇਸ ਤੋਂ ਇਲਾਵਾ ਪੰਜਾਬ ਦਾ ਜਿਹੜਾ ਸੰਗਰੂਰ ਜ਼ਿਲ੍ਹਾ, ਇਹਨਾਂ ਦੇ ਵਿੱਚ ਵੀ ਬਹੁਤੀ ਸੰਭਾਵਨਾ ਨਹੀਂ ਮੀਂਹ ਦੀ, ਦੁਪਹਿਰ ਵੇਲੇ ਇੱਕਾ ਦੁੱਕਾ ਥਾਵਾਂ 'ਤੇ ਟੁੱਟਵੀਂ ਬੱਦਲਵਾਈ ਵੇਖਣ ਨੂੰ ਮਿਲ ਸਕਦੀ, ਗਰਜ ਚਮਕ ਨਾਲ ਛਿੱਟੇ ਪੈ ਸਕਦੇ ਨੇ, ਉਹ ਵੀ ਸੰਭਾਵਨਾ ਕਾਫੀ ਘੱਟ ਹੈ। ਅਜਿਹਾ ਹਾਲ ਹੀ ਜਿਹੜਾ ਬਰਨਾਲਾ ਜ਼ਿਲ੍ਹੇ ਦਾ। ਅਤੇ ਦੋਸਤੋ ਹੁਣ ਆਪਾਂ ਗੱਲ ਕਰੀਏ ਹਰਿਆਣਾ ਦੀ। ਹਰਿਆਣਾ ਦੇ ਵਿੱਚ ਜਿਵੇਂ ਕਿ ਪਹਿਲਾਂ ਦੱਸਿਆ 2-3 ਜ਼ਿਲ੍ਹਿਆਂ ਦੇ ਵਿੱਚ ਹੀ ਕੁਛ ਉਮੀਦ ਹੈ, ਕੁੱਲ ਮਿਲਾ ਕੇ ਹਰਿਆਣੇ ਦਾ ਮੌਸਮ ਠੀਕ ਰਹਿਣ ਦੀ ਸੰਭਾਵਨਾ। ਅਤੇ ਦਿੱਲੀ ਦੇ ਵਿੱਚ ਅੱਜ ਜਿਹੜਾ ਮੀਂਹ ਪੈਣ ਦੀ ਸੰਭਾਵਨਾ ਪੂਰੀ ਹੈ, ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ, ਅਤੇ ਬਿਜਲੀ ਦੀ ਗਰਜ ਚਮਕ, ਇਸ ਤੋਂ ਇਲਾਵਾ ਜਿਹੜਾ ਖਾਸ ਕਰਕੇ 14 ਮਾਰਚ ਨੂੰ ਸਵੇਰੇ 9-10 ਵਜੇ ਤੋਂ ਲੈ ਕੇ 12 ਵਜੇ ਦੇ ਦਰਮਿਆਨ ਜਿਹੜਾ ਮੀਂਹ ਪੈਣ ਦੀ ਸੰਭਾਵਨਾ ਹੈ ਦਿੱਲੀ ਦੇ ਵਿੱਚ। ਰਾਜਸਥਾਨ ਦਾ ਮੌਸਮ ਜਿਹੜਾ ਉਹ ਠੀਕ ਰਹਿਣ ਦੀ ਸੰਭਾਵਨਾ ਹੈ, ਕਿਤੇ ਕਿਤੇ ਟੁੱਟਵੀਂ ਬੱਦਲਵਾਈ ਵੇਖਣ ਨੂੰ ਮਿਲ ਸਕਦੀ ਹੈ। ਅਤੇ ਹਿਮਾਚਲ ਪ੍ਰਦੇਸ਼ ਵਿੱਚ ਆਪਾਂ ਦੇਖੀਏ ਤਾਂ ਉਹਨਾਂ ਏਰੀਆ ਦੇ ਆਲੇ ਦੁਆਲੇ ਜਿਹੜੇ ਜ਼ਬਰਦਸਤ ਮੀਂਹ ਪੈਣ ਦੀ ਸੰਭਾਵਨਾ ਹੈ, ਹਿਮਾਚਲ ਪ੍ਰਦੇਸ਼ ਵਿੱਚ ਤੇਜ਼ ਹਵਾਵਾਂ ਚੱਲਣ ਦਾ ਖਦਸ਼ਾ। ਅਤੇ ਚੰਡੀਗੜ੍ਹ ਦਾ ਜਿਹੜਾ ਮੌਸਮ ਹੈ, ਚੰਡੀਗੜ੍ਹ ਵਿੱਚ 14 ਮਾਰਚ ਨੂੰ ਸਵੇਰ ਵੇਲੇ ਤੋਂ ਸ਼ਾਮ ਤੱਕ ਜਿਹੜਾ ਮੀਂਹ ਪੈਣ ਦੀ ਸੰਭਾਵਨਾ, ਖਾਸ ਕਰਕੇ ਦੁਪਹਿਰ ਵੇਲੇ ਕਾਫੀ ਤੇਜ਼ ਹਵਾ ਅਤੇ ਮੀਂਹ ਪੈਣ ਦੀ ਪੂਰੀ ਸੰਭਾਵਨਾ। ਅਤੇ ਜਿਵੇਂ ਦੋਸਤੋ ਤੁਸੀਂ ਵੇਖ ਰਹੇ ਹੋ, ਮੱਧ ਪ੍ਰਦੇਸ਼ ਜਾਂ ਫਿਰ ਇਸ ਦੇ ਨੇੜੇ ਦੇ ਜਿਹੜੇ ਹੋਰ ਸਟੇਟਾਂ ਨੇ, ਇੱਧਰ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ। ਅਤੇ ਪੱਛਮੀ ਬੰਗਾਲ ਜਾਣੀ ਬੰਗਾਲ ਦੀ ਖਾੜੀ ਵੱਲ ਜਿਹੜੇ ਬੱਦਲਵਾਈ ਜਿਹੜੀ ਉਹ ਬਣੀ ਹੋਈ ਹੈ। ਅਤੇ ਇਸ ਦੇ ਨਾਲ ਹੀ ਦੋਸਤੋ ਦੱਸ ਦਈਏ ਕਿ ਇੱਧਰੋਂ ਪੱਛਮੀ ਜਿਹੜੀਆਂ ਹਵਾਵਾਂ ਨੇ ਪੱਛਮ ਸਾਈਡ ਵੱਲੋਂ, ਖਾਸ ਕਰਕੇ ਪਾਕਿਸਤਾਨ ਦੇ, ਅਫਗਾਨਿਸਤਾਨ ਦੇ ਇਹਨਾਂ ਸਾਈਡਾਂ ਵੱਲੋਂ ਅੱਗੇ ਫੇਰ ਜਿਹੜੀ ਇਹ ਬੱਦਲਵਾਈ ਵੱਧ ਰਹੀ ਹੈ ਭਾਰਤ ਵੱਲ ਨੂੰ। ਅਤੇ ਇਹ ਆਉਣ ਵਾਲੇ ਦਿਨਾਂ 'ਚ ਉਮੀਦ ਹੋ ਸਕਦੀ ਹੈ ਕਿ ਕਿਸ ਤਰ੍ਹਾਂ ਦਾ ਰਹੇਗਾ ਮੌਸਮ, ਅੱਗੇ ਜਾਣਕਾਰੀ ਦੇਵਾਂਗੇ। ਅਤੇ ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ।